ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੇ ਦਿਨੀ ਆਪਾਂ ਖਬਰਾਂ ਵਿੱਚ ਵੇਖਿਆ ਕਿ ਹਰਿਮੰਦਰ ਸਾਹਿਬ ਨੂੰ GST ਦੇ ਕਾਰਨ 2 ਕਰੋੜ ਦਾ ਟੈਕਸ ਭਰਨਾ ਪਿਆ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਕਾਂਗਰਸ ਦੇ ਪ੍ਰਵਕਤਾ ਹਿਮਾਂਸ਼ੂ ਪਾਠਕ ਜੀ ਸਾਡੇ ਨਾਲ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਮੁੱਦੇ 'ਤੇ ਅਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਹਰਿਮੰਦਰ ਸਾਹਿਬ 'ਤੇ ਇਸ ਟੈਕਸ ਨੂੰ ਲਾਗੂ ਕੀਤਾ ਗਿਆ ਅਤੇ ਕਿੰਨਾ ਕਾਰਨਾਂ ਕਰਕੇ 2 ਕਰੋੜ ਦਾ ਟੈਕਸ ਜੋ ਲੰਗਰ ਕਰਕੇ ਭਰਨਾ ਪਿਆ, ਇਹਦੇ ਉੱਤੇ ਇਹਦੇ ਪਿੱਛੇ ਕਿਹਦੇ ਕਿਹਦੇ ਹੱਥ ਹੋ ਸਕਦਾ ਹੈ ਜਾਂ ਹੋਰ ਕੀ ਮੁੱਦੇ ਉੱਠ ਸਕਦੇ ਨੇ। ਸਭ ਤੋਂ ਪਹਿਲਾਂ ਜੀ ਹਿਮਾਂਸ਼ੂ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਰੋਜ਼ਾਨਾ ਸਪੋਕਸਮੈਨ ਦਾ ਥੈਂਕ ਯੂ, ਧੰਨਵਾਦ। ਹਿਮਾਂਸ਼ੂ ਜੀ, ਮੇਰਾ ਪਹਿਲਾ ਅਤੇ ਸਿੱਧਾ ਜਿਹਾ ਸਵਾਲ ਆ, ਜਦੋਂ ਪੰਜਾਬ ਸਰਕਾਰ ਸੀ, ਪੰਜਾਬ ਸਰਕਾਰ ਦੇ ਅੰਡਰੇ ਲੰਗਰ ਦੀ ਪ੍ਰਥਾ ਆਉਂਦੀ ਸੀ, ਠੀਕ ਹੈ, ਜਾਂ ਆਪਾਂ ਕਹਿੰਦੇ ਹਰਿਮੰਦਰ ਸਾਹਿਬ ਦਾ ਜੋ SGPC SGPC ਅੰਡਰ ਆਉਂਦਾ ਸੀ, ਉਦੋਂ ਕੋਈ ਟੈਕਸ ਨਹੀਂ ਭਰਨਾ ਪੈਂਦਾ ਸੀ। ਲੇਕਿਨ ਹੁਣ ਜਿਵੇਂ ਹੀ GST ਲਾਗੂ ਹੋਇਆ, ਤਕਰੀਬਨ 2 ਕਰੋੜ ਦਾ ਟੈਕਸ, 2 ਕਰੋੜ ਰੁਪਈਆ ਇਸ ਲੰਗਰ ਪ੍ਰਥਾ ਨੂੰ ਵਿੱਚ ਕਰਕੇ ਭਰਨਾ ਪਿਆ, ਇਹਦੇ ਬਾਰੇ ਮਤਲਬ ਅਜਿਹਾ ਹੋਇਆ ਹੀ ਕਿਉਂ? ਜੋ SGPC ਇਹ ਜਿਤਨੇ ਗੁਰਦੁਆਰੇ ਹੈ ਜਿਨਕੋ ਮੈਨੇਜ ਕਰਤੀ ਹੈ, ਔਰ ਉਸਮੇ ਜੋ ਲੰਗਰ ਕੀ ਪ੍ਰਥਾ ਹੈ, ਗੁਰੂ ਕੇ ਲੰਗਰ ਕੀ, ਸੰਗਤ ਕੇ ਪੈਸੇ ਸੇ ਸੰਗਤ ਕਾ ਲੰਗਰ, ਉਸ ਲੰਗਰ ਕੋ ਬਣਾਨੇ ਕੇ ਲੀਏ ਜੋ ਸਮਾਨ ਇਸਤੇਮਾਲ ਹੋਤਾ ਹੈ, ਜਿਸਮੇ ਦੇਸੀ ਘੀ, ਦਾਲੇ, ਸ਼ੂਗਰ, ਸ਼ੱਕਰ, ਇਨਕੇ ਉੱਪਰ ਮਾੜਾ ਮੋਟਾ ਸਾ ਵੈਟ ਲੱਗਦਾ ਥਾ। ਪਹਿਲੇ ਵੈਟ ਸਟੇਟ ਗੌਰਮੈਂਟ ਕਾ ਹੋਤਾ ਥਾ, ਔਰ ਵੈਟ ਕੇ ਹਟਨੇ ਕੇ ਬਾਅਦ ਇਸ ਪੇ ਆ ਗਿਆ GST। ਅਬ GST ਮੇ ਇਹ ਟੈਕਸ ਵੀ ਬੜ ਗਿਆ ਔਰ ਸਟੇਟ ਗੌਰਮੈਂਟ ਕੇ ਹੱਥ ਸੇ ਅਥਾਰਟੀ ਚਲੀ ਗਈ ਉਸਕੋ ਰਿਮੂਵ ਕਰਨੇ ਕੀ। ਅਬ ਉਸੀ ਚੀਜ਼ੋਂ ਪੇ ਉਨ ਪੇ ਜਿਸ ਪੇ ਵੈਟ ਮਾਫ ਥਾ ਪਹਿਲੇ, ਅਬ ਉਨ ਪੇ GST ਪੜ ਰਹਾ ਹੈ। ਲੰਗਰ ਪੇ ਜੋ ਸਮਾਨ ਲੰਗਰ ਬਣਾਨੇ ਮੇ ਸਮਾਨ ਲੱਗ ਰਿਹਾ ਹੈ, ਉਸ ਪੇ GST 12%, 16%, ਵੱਖ ਵੱਖ ਚੀਜ਼ੋਂ ਪੇ ਵੱਖ ਵੱਖ ਰੇਟ ਕੇ ਹਿਸਾਬ ਸੇ ਇਹ ਟੈਕਸ ਉਸਕੇ ਉੱਪਰ ਪੜ ਰਿਹਾ ਹੈ। ਮੇਰਾ ਪੁਆਇੰਟ ਇਸਮੇ ਯੇ ਕਿ ਦਰਬਾਰ ਸਾਹਿਬ ਨੇ ਜੋ 2 ਕਰੋੜ ਟੈਕਸ ਦਿਆ, ਉਹ ਇਨ ਸਾਰੀ ਚੀਜ਼ੋਂ ਕਾ ਦਿਆ, ਜਬਕਿ ਪਹਿਲੇ ਕਭੀ ਨਹੀਂ ਥਾ। ਇਹ ਇੱਕ ਤਰ੍ਹਾਂ ਕਾ, ਇਸ ਤਰ੍ਹਾਂ ਕਾ GST ਹੈ, ਔਰ ਜੋ ਦਰਬਾਰ ਸਾਹਿਬ ਪੇ ਜੋ ਪੜ ਗਿਆ, ਇਹ ਇੱਕ ਤਰ੍ਹਾਂ ਕਾ ਜਜ਼ੀਆ ਟੈਕਸ ਹੈ। ਇਹ ਮੁਗਲੋਂ ਕੇ ਜ਼ਮਾਨੇ ਮੇ, ਔਰੰਗਜ਼ੇਬ ਕੇ ਜ਼ਮਾਨੇ ਮੇ, ਔਰੰਗਜ਼ੇਬ ਨੇ ਜਜ਼ੀਆ ਲਗਾ ਦਿਆ ਥਾ ਜੋ ਦੂਸਰੀ ਕਮਿਊਨਿਟੀਜ਼ ਥੀ, ਜੋ ਦੂਸਰੀ ਕੌਮੇ ਥੀ। ਇੱਕ ਮਿੰਟ ਪਾਠਕ ਸਾਹਿਬ, ਤੁਸੀਂ ਇਹ ਕਹਿ ਰਹੇ ਹੋ ਜਜ਼ੀਆ ਟੈਕਸ ਆ, ਜਜ਼ੀਆ ਟੈਕਸ ਮਤਲਬ ਮੈਂ ਇਹ ਸਮਝ ਲਾਂ ਵੀ ਜਿਹੜੀ ਕੇਂਦਰ ਦੀ ਸਰਕਾਰ ਉਹ ਸਿੱਖਾਂ ਨਾਲ ਕੋਈ ਬਦਲਾ ਲੈ ਰਹੀ ਹੈ, ਜਾਂ ਅਰੁਣ ਜੇਤਲੀ ਜੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਹਾਰ ਹੋਈ ਸੀ ਉਹਦਾ ਬਦਲਾ ਲੈ ਰਹੇ ਨੇ? ਬਿਲਕੁਲ, ਇਹ ਮੈਂ ਆਪਣੀ ਪ੍ਰੈਸ ਕਾਨਫਰੰਸ ਮੇ ਵੀ ਇਹ ਬਾਤ ਰੱਖੀ ਥੀ, ਕੱਲ ਮੈਨੇ ਜੋ ਇਸਮੇ ਬਾਤ ਕੀ, ਉਸਮੇ ਇਹ ਜੋ ਜਜ਼ੀਆ ਟੈਕਸ ਹੈ, ਇਹ ਔਰੰਗਜ਼ੇਬ ਨੇ ਹਮੇ ਸਿਖਾਇਆ ਥਾ ਕਿ ਦੂਸਰੀ ਕਮਿਊਨਿਟੀ ਹੈ ਜੋ ਉਨਕੋ ਦਬਾਨੇ ਕੇ ਲੀਏ ਇਸ ਤਰ੍ਹਾਂ ਕਾ, ਇਹ ਦਿੱਲੀ ਕੀ ਸਲਤਨਤ ਉਸ ਟਾਈਮ ਕੀ ਥੀ, ਉਹ ਜਜ਼ੀਆ ਲਗਾਤੀ ਥੀ ਕਿ ਉਨਕੋ ਦਬਾਇਆ ਜਾ ਸਕੇ। ਅਬ ਦਰਬਾਰ ਸਾਹਿਬ ਕੇ ਲੰਗਰ ਪੇ ਜਿਸਸੇ ਕੋਈ ਪ੍ਰੋਫਿਟੇਬਿਲਟੀ ਕਮਾਨੇ ਕੇ ਲੀਏ ਨਹੀਂ ਹੈ, ਵੋ ਹਰ ਬੰਦੇ ਕੋ ਬਰਾਬਰੀ ਸੇ ਵੋ ਦਿਆ ਜਾਤਾ ਹੈ, ਬਰਾਬਰੀ ਮੇ ਬਿਠਾ ਕੇ ਦਿਆ ਜਾਤਾ ਹੈ, ਔਰ ਪਹਿਲੇ ਵੋ ਮਾਫ ਥਾ, ਯਾ ਤੋ ਕੋਈ ਹੈ ਨਹੀਂ ਕੋਈ ਨਈ ਡਿਮਾਂਡ ਕਰਦੀ, ਪਹਿਲੇ ਸੇ ਵੋ ਮਾਫ ਥਾ, ਔਰ ਵੋ ਹੱਕ ਬਣਤਾ ਹੈ ਲੋਕੋ ਕੇ ਪੈਸੇ ਕਾ ਹੈ। ਉਸ ਪਰ ਇਹ ਜੋ ਟੈਕਸ ਲਗਾਇਆ, ਇਸ ਕੋ ਜਜ਼ੀਆ ਨਾਮ ਦਿਆ ਮੈਨੇ ਕਿ ਇਹ ਜਜ਼ੀਆ ਟੈਕਸ ਹੈ, ਔਰ ਇਹ ਇੱਕ ਤਰ੍ਹਾਂ ਸੇ ਗੁਰੂ ਕੇ ਲੰਗਰ ਕੇ ਉੱਪਰ ਜਜ਼ੀਆ ਲਗਾਇਆ ਕੇਂਦਰ ਸਰਕਾਰ ਨੇ, ਔਰ ਅੰਮ੍ਰਿਤਸਰ ਸੇ ਚੁਣਾਵ ਲੜੀ ਥੀ ਅਰੁਣ ਜੇਟਲੀ ਸਾਹਿਬ ਨੇ, ਔਰ ਇਹ ਬੁਰੀ ਤਰੀਕੇ ਸੇ ਹਾਰੇ ਥੇ ਵਹਾਂ ਪੇ ਕੈਪਟਨ ਸਾਹਿਬ ਸੇ, ਤੋ ਕਿਆ ਇਹ ਕਹੀਂ ਇਸ ਹਾਰ ਕਾ ਗੁਬਾਰ ਤੋ ਨਹੀਂ ਹੈ? ਕਿਉਂਕਿ ਐਸਾ ਤੋ ਹੈ ਨਹੀਂ ਕਿ ਇਨਕੋ ਲੰਗਰ ਕੀ ਪ੍ਰਥਾ ਕਾ ਨਹੀਂ ਪਤਾ, ਇਹ ਤੋ ਹੋ ਨਹੀਂ ਸਕਤਾ। ਨਹੀਂ, ਮੈਂ ਬੁਰੀ ਬਾਤ ਕਰਤਾ, ਇੱਕ ਮਿੰਟ, ਯਹੀ ਬਾਤ ਮੈਂ ਕਰ ਰਹਾ ਥਾ ਨਾ ਆਪਕੇ ਸਾਥ ਵੀ, ਅਗਰ ਕਿਉਂਕਿ ਆਪ ਬੋਲ ਰਹੇ ਹੋ ਵਹਾਂ ਸੇ ਇਲੈਕਸ਼ਨ ਲੜ ਚੁੱਕੇ ਹੈ, ਬਿਲਕੁਲ ਲੜ ਚੁੱਕੇ ਹੈ, ਉਨਕੋ ਲੰਗਰ ਕੀ ਪ੍ਰਥਾ ਕਾ ਪਤਾ ਹੋਗਾ, ਠੀਕ ਹੈ, ਸਿੱਖੋਂ ਕੀ ਭਾਵਨਾਓਂ ਕਾ ਪਤਾ ਹੋਗਾ, ਹਰਿਮੰਦਰ ਸਾਹਿਬ ਕੋ ਜੋ ਇਤਨੀ ਬੜੀ ਰਸੋਈ ਹੈ, ਆਈ ਥਿੰਕ ਭਾਰਤ ਕੀ ਜਾਂ ਵਿਸ਼ਵ ਕੀ ਸਭ ਸੇ ਬੜੀ ਰਸੋਈ ਹੈ, ਜਿਸਮੇ ਤਕਰੀਬਨ 2 ਲੱਖ ਤੱਕ ਕਾ ਡੇਲੀ ਕਾ ਖਾਣਾ ਬਣਤਾ ਹੈ, ਉਸ ਪੇ ਜਬ ਜੇ ਜਜ਼ੀਆ ਟੈਕਸ, ਜਿਸ ਕੋ ਆਪ ਬੋਲ ਰਹੇ ਹੋ ਜਜ਼ੀਆ ਬੋਲ ਰਹੇ ਹੋ, ਟੈਕਸ ਲਗਾਉਣੇ ਕਾ ਮਤਲਬ ਹੈ ਕਿ ਸਿੱਖੋਂ ਕਿਸੇ ਕੋ ਬਦਲਾ ਲੈਣਾ ਚਾਹਤੇ ਹੋ। ਆ ਦਰਬਾਰ ਸਾਹਿਬ ਮੇ ਤਕਰੀਬਨ 55,000 ਡੇਲੀ ਲੋਕ ਲੰਗਰ ਛਕਤੇ ਹੈ ਫ੍ਰੀ ਮੇ, 75,000 ਸੇ ਲੱਖ ਬੰਦਾ ਸੰਡੇ ਔਰ ਸੈਟਰਡੇ ਕੋ ਜਾਤਾ ਹੈ ਫ੍ਰੀ ਮੇ, ਇਹ ਆਂਕੜੇ ਹੈ। ਅਬ ਇਤਨੇ ਬੜੇ ਪੈਮਾਨੇ ਪੇ ਬਣਤਾ ਹੈ ਜੋ, ਔਰ ਇਹ ਸਾਰੇ ਇਹ ਗੁਰਦੁਆਰੇ ਪੂਰੀ ਦੁਨੀਆ ਮੇ ਫੈਲੇ ਹੋਏ ਹੈ, ਕਿਸੀ ਦੇਸ਼ ਕੀ ਸਰਕਾਰ ਨੇ ਇਸ ਤਰ੍ਹਾਂ ਕਾ ਟੈਕਸ ਨਹੀਂ ਲਗਾਇਆ, ਪਹਿਲੇ ਵੀ ਨਹੀਂ ਥਾ, ਔਰ ਇਹ ਜਜ਼ੀਆ ਲਗਾਇਆ। ਅਬ ਇਸਕੇ ਬਾਅਦ ਮੇਰੇ 3 ਸਵਾਲ ਹੈ, ਮੁੱਖ ਸਵਾਲ ਹੈ। ਪਹਿਲਾ ਸਵਾਲ ਅਰੁਣ ਜੇਟਲੀ ਸਾਹਿਬ ਜੀ ਸੇ ਇਹ ਹੈ ਕਿ ਕਿਆ ਇਹ ਅੰਮ੍ਰਿਤਸਰ ਕੀ ਹਾਰ ਕਾ ਬਦਲਾ ਹੈ, ਜੈਸਾ ਮੈਨੇ ਪਹਿਲੇ ਵੀ ਕਹਾ। ਦੂਸਰਾ, ਔਰ ਉਨਕੋ ਉਨਸੇ ਇੱਕ ਔਰ ਸਵਾਲ ਇਹ ਹੈ ਕਿ ਇੱਕ ਤਿਰੁਮਾਲਾ ਤਿਰੁਪਤੀ ਦੇਵਸਥਾਨਸ, ਇਹ ਇੱਕ ਸੰਸਥਾ ਹੈ ਆਂਧਰਾ ਕੀ, ਆਂਧਰਾ ਪ੍ਰਦੇਸ਼ ਕੀ, ਇਸਕੇ ਅੰਡਰ ਵੀ ਮੰਦਿਰ ਹੈ, ਜੈਸੇ ਆਪਣੀ SGPC ਹੈ ਉਸਦੇ ਰਾਹੀਂ ਇਹ ਕਾਮ ਕਰਤੀ ਹੈ, ਇਨਕੇ ਆ ਵੀ ਇੱਕ ਮੰਦਿਰ ਹੈ ਜੋ ਕਾਫੀ ਬੜਾ ਹੈ ਮੰਦਿਰ, ਉਸ ਮੰਦਿਰ ਮੇ ਪ੍ਰਸ਼ਾਦ ਵੇਚਿਆ ਜਾਂਦਾ ਹੈ, ਵੇਚਿਆ ਜਾਂਦਾ ਹੈ, ਆਪਣੇ 500 ਰੁਪਏ ਕਾ ਲੈਣਾ ਹੈ ਤੋ ਇਤਨੇ ਲੱਡੂ, 1,000 ਕੇ ਲੈਣੇ ਤੋ ਇਤਨੇ, ਉਸ ਵੇਚੇ ਜਾਣੇ ਕੇ ਉੱਪਰ ਜੋ ਟੈਕਸ ਲੱਗਣਾ ਥਾ GST, ਉਹ ਇਹਨੋਨੇ ਰਿਡੀਮ ਕਰ ਦਿਆ, ਮਾਫ਼ ਕਰ ਦਿਆ, ਜੋ ਵੇਚਾ ਜਾ ਰਿਹਾ ਹੈ ਦਰਬਾਰ ਸਾਹਿਬ ਮੇ ਵੇਚਾ ਨਹੀਂ ਜਾ ਰਿਹਾ,
संगत के पैसे से संगत के लिए हो रहा है, तो उस पे टैक्स, उसके सामान पे जो बेचा जा रहा है, जिस पे टैक्स लोग पे करने के लिए तैयार हैं, वो इन्होंने माफ़ कर दिया। दूसरा कि आंध्र प्रदेश अब उनको जीएसटी नंबर लेने से भी छूट दे दी, उस आंध्र प्रदेश को, आंध्र प्रदेश के उस मंदिर को, देवस्थान जिसका ट्रस्ट है उस मंदिर को जीएसटी नंबर लेने से छूट। 2016 की जो जीएसटी, 2017 की जो जीएसटी मीट हुई उसमें उनके फाइनेंस मिनिस्टर ने छूट दे दी, अरुण जेटली साहब ने जीएसटी मीटिंग में। लेकिन दरबार साहिब इतने दिन से रौला डाल रहा है, एसजीपीसी बोल रही है उनको जीएसटी नंबर लेना पड़ गया, और जीएसटी नंबर तो लिया सो लिया, 2 करोड़ रुपया भी जमा करा दिया, वो भी कुछ महीने का, अभी साल का नहीं है। तो ये अरुण जेटली साहब जी अपना स्टैंड क्लियर करें, उनके लिए अलग पॉलिसी, हमारे लिए अलग पॉलिसी, ऐसा क्यों? क्या ये बदले खोरे की राजनीति है? क्या ये कौम को दबाने की राजनीति है? दूसरा सवाल शिरोमणि अकाली दल के प्रधान सुखबीर बादल जी से है, जो पंथ की राजनीति करते हैं और पंथ की पॉलिटिकल पार्टी को चलाते हैं। इन्होंने एक दो बारी जाके रौला मचाया कि ये जीएसटी हटवाएंगे, हम बात करेंगे, उस पर निकल के रिजल्ट आज तक कुछ नहीं आया, जब टैक्स पे करना पड़ गया। तो सुखबीर बादल सिंह का स्टैंड क्या है? वो चुप क्यों बैठे हैं? क्या उनका म्यूचुअल इंटरेस्ट है कि उनके परिवार से कोई केंद्र में मंत्री है, इस करके वो नहीं बोल रहे? तो वो पब्लिक को, पंथ को, पंथ, मैं तो गल करता, तुम कह रहे हो उन्होंने परिवार चो, तुम मतलब हरसिमरत कौर बादल वाले इशारा कर रहे हो इस गल? कर रहा हूँ बिल्कुल, बखूबी हरसिमरत कौर बादल जी की तरफ इशारा कर रहा हूँ कि ऐसा क्यों नहीं कर रहा बंदा, जब उसको पता है ये टैक्स पड़ रहा है, और पंथ की पार्टी पंथ के मसले पे, पंथ के रहनुमा जो कहते हैं अपने आप को, उस पर चुप बैठी है। ये कैसी पंथ की पार्टी? पैर वाई जड़ी हर वक्त, हाँ, चुप बैठी एंटी पंथ हो चुकी है। हाँ, अब इस पे अगर यही चीज कांग्रेस सरकार ने केंद्र में लगाई होती तो इन्होंने मिंट चार नहीं लगाने थे और कहना था कांग्रेस एंटी सिख पार्टी है जी। तो अब सुखबीर बादल जी ये स्टेटमेंट देंगे कि भारतीय जनता पार्टी, उनकी अलायंस पार्टनर, एंटी सिख पार्टी है, एंटी पंथ पार्टी है? अगर ये स्टेटमेंट सुखबीर बादल जी नहीं देते हैं तो क्या पंजाब के लोगों में ये पंथ की पार्टी कहलाने के हकदार हैं, जो गुरु के लंगर के ऊपर जजिया लग रहा है और ये चुप बैठे हुए हैं? और क्या सुखबीर बादल जी अपना स्टैंड क्लियर करेंगे कि ऐसी पंथ के खिलाफ पॉलिसी बनाने वाली पार्टी के साथ ये 2019 की लोकसभा चुनावें लड़ेंगे? इस पे वो स्टैंड क्लियर करें। दूसरा सवाल है बीजेपी प्रधान विजय सांपला जी से। ये इनका नाम इसलिए आता है क्योंकि ये पंजाब के सांसद हैं, होशियारपुर से आते हैं, होशियारपुर के मेंबर ऑफ पार्लियामेंट हैं और पंजाब बीजेपी के प्रधान हैं, तो इनकी भी ये जिम्मेवारी बनती है। दरबार साहिब सबका है, वहाँ हिंदू भी जाते हैं, सिख भी जाते हैं, मुस्लिम भी जाते हैं, और सबको बराबरी का हक है। वो पंजाबियों की जगह पूरे मुल्क के लोग जाते हैं, पूरी दुनिया के लोग जाते हैं, और पंजाब के बतौर पंजाब के रिप्रेजेंटेटिव मेंबर ऑफ पार्लियामेंट इन्होंने आवाज़ क्यों नहीं उठाई? बतौर यूनियन मिनिस्टर, विजय सांपला जी यूनियन मिनिस्टर भी हैं, तो इन्होंने अब तक इस पे क्यों नहीं बात की? अगर इन्होंने नहीं की तो इसका मतलब ये पंजाब के मसलों के साथ जुड़े ही नहीं हैं, इन्हें पंजाब के मसलों की फिक्र ही नहीं है। तो क्या 2019 में इनको जिताना चाहिए, होशियारपुर के लोग देखें? और क्या इनको बीजेपी प्रधानगी पे इनको रहना चाहिए जब ये पंजाब के मसले ही नहीं उठा सकते? तो इनको हक नहीं है। तो सांपला साहब भी स्टैंड क्लियर करें इस पे अपना। ਤੁਸੀਂ ਅਕਾਲੀ ਦਲ ਨੂੰ ਜਾਂ ਸਾਂਪਲਾ ਜੀ ਨੂੰ ਈਵਨ ਦਾ ਕਿ ਬੀਜੇਪੀ ਕੇਂਦਰ ਨੂੰ ਐਂਟੀ ਪਾਰਟੀ, ਐਂਟੀ ਪੰਥਕ ਪਾਰਟੀ ਦੱਸ ਚੁੱਕੇ ਹੋ ਕਿ ਮੈਂ ਜਾਣਨਾ ਚਾਹੁੰਦਾ ਹਾਂ, ਈਵਨ ਦਾ ਸਾਡੇ ਸਰੋਤੇ ਵੀ ਜਾਣਨਾ ਚਾਹੁੰਦੇ ਹੋਣਗੇ ਕਿ 2 ਕਰੋੜ ਦਾ GST ਭਰਨ ਤੋਂ ਬਾਅਦ ਸਿੱਖਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸੋ ਹੁਣ ਜੋ ਇੱਦਾਂ ਐਡਾ ਵੱਡਾ ਮੁੱਦਾ ਬਣਿਆ ਹੋਇਆ ਆਇਆ GST ਨੂੰ ਰੋਕਣ ਦੇ ਲਈ ਜਾਂ ਦਰਬਾਰ ਸਾਹਿਬ ਦੇ ਲੰਗਰ ਦੇ GST ਨੂੰ ਖਤਮ ਕਰਨ ਲਈ, ਕੈਪਟਨ ਅਮਰਿੰਦਰ ਸਿੰਘ ਜੀ ਕੀ ਕਰ ਰਹੇ ਨੇ? ਨਹੀਂ, इस पे कैप्टन साहब की तरफ से मनप्रीत बादल जी फाइनेंस मिनिस्टर कई बार इस GST काउंसिल में इसको उठा चुके हैं, इस मसले को वो बोल चुके हैं अपनी तरफ से। मतलब हमारे को तो विपक्षी पार्टी ले लेते हैं ना, कांग्रेस को तो, कि ये तो विपक्षी पार्टी है। लेकिन सवाल तो ये खड़ा होता है ना कि सुखबीर बादल जी तो NDA के अलायंस में हैं और वो उनके पंजाब में सांसद हैं, MLA हैं, सब कुछ है। हमारा जो फ़र्ज बनता है हम कर रहे हैं। मैं भी बतौर एक कांग्रेस प्रवक्ता प्रेस कॉन्फ्रेंस कर रहा हूं और इस इशू को ठंडा नहीं होने देना, सी इसको कैरी ऑन करना है, चाहे इस पर एजिटेशन करनी पड़े, चाहे दिल्ली कूच करना पड़े, और कैप्टन साहब की रहनुमाई में ही कर रहे हैं।